अस्सलाम वालेकुम वरहमतुल्लाह दोस्तों, की हाल है? ठीक ठाक हो? उम्मीद है कि सारे दोस्त खैरियत नाल होंगे। अस्सलाम वालेकुम प्यारे दोस्तों, की हाल चाल ने? सब ठीक ठाक हो? अल्लाह ताला हमेशा तुम्हें खुश रखे और अल्लाह ताला हमेशा तुम्हारे लिए आसानियां पैदा करे। आमीन। अज असि मिर्जा साहब का इंटरव्यू लाँगे, इन्होंने को इनफॉरमेशन लवेंगे कि इन्होंने जो मतलब इन्होंने कितनी देर हो गई इतने जर्मनी आया और पाकिस्तान कि जगह तो ने और इन्होंने इतने आके की किया है और थोड़ी बहुत होर इन्होंने को इनफॉरमेशन लवेंगे अपने दोस्तों वास्ते। सर पाकिस्तान तो कितना अरसा होया तुम इतने आया जर्मनी? मैनू तो सब 22 साल हो गए जर्मनी आया। अच्छा 22 साल हो गए ना तुम, माशाल्लाह काफी लंबा अरसा है। जी जी माशाल्लाह काफी लंबा अरसा। पाकिस्तान की जगह तो हो तुसी? मैं सर लाहौर तो हूं। लाहौर तो आए? जी लाहौर शहर के विचो, लाहौर सिटी का। हां जी ओके। ते तुसी इथे डॉक्यूमेंट वगैरह तुम्हारे को है नहीं या हले? नहीं नहीं, शुक्र अल्हम्दुलिल्लाह के असाइलम किया सी, असाइलम पास हो गया। उस तो बाद मैं 2007 ਦੇ ਵਿੱਚ ਨੈਸ਼ਨੈਲਿਟੀ ਲਈ ਸੀ। ਓਕੇ, ਯਾਨੀ ਕਿ ਤੁਸੀਂ ਆ ਕੇ ਅਸਾਈਲਮ ਕੀਤਾ ਸੀ ਇੱਥੇ? ਕੇਸ ਪਾਸ ਹੋਇਆ ਸੀ, ਕਿਉਂਕਿ ਕਈ ਦੋਸਤ ਹੁੰਦੇ ਨੇ ਸਾਡੇ ਉਹ ਫੈਮਿਲੀ ਬੇਸ ਤੇ ਆਉਂਦੇ ਨੇ। ਜੀ ਜੀ ਨਹੀਂ ਨਹੀਂ, ਮੈਂ ਅਸਾਈਲਮ ਕੀਤਾ ਸੀ, ਮੇਰੇ ਵਾਲਦ ਨੇ ਇੱਥੇ ਸੀ, ਕਿਉਂਕਿ ਲੇਕਿਨ ਇਹ ਵੇ ਕਿ ਮੇਰਾ ਅਸਾਈਲਮ ਹੋਇਆ ਸੀ ਔਰ ਕੇਸ ਪਾਸ ਹੋਇਆ ਫਿਰ ਮੈਂ ਨੈਸ਼ਨੈਲਿਟੀ ਲਈ। ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਜਰਮਨੀ ਦੇ ਵਿੱਚ ਜਿਹੜੇ ਆਮ ਇੱਕ ਇਨਸਾਨ ਨੇ ਉਹਦੀ ਕੀ ਸੈਲਰੀ ਹੈ, ਯਾਨੀ ਆਮ ਬੰਦੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਇੱਕ ਆਮ ਮਜ਼ਦੂਰ ਦੀ ਹੁੰਦੀ ਹੈ? ਜੀ ਜੀ। ਤੇ ਇੱਥੇ ਕੀ ਸੂਰਤ ਹਾਲ ਹੈ, ਕੀ ਕਿੰਨੀ? ਇੱਥੇ ਤੈਯਬ ਸਾਹਿਬ ਕੰਮ ਤਾਂ ਥੋੜ੍ਹੇ ਜਿਹੇ ਜਿਹੜੇ ਆਮ ਪਾਕਿਸਤਾਨੀ ਕਰਦੇ ਨੇ, ਵਿਚਾਰੇ ਪੀਜ਼ੇ ਦਾ ਕੰਮ ਹੈ, ਡਰਾਈਵਰ ਦਾ ਕੰਮ ਹੈ, ਜਿਹੜਾ ਡਿਲੀਵਰੀ ਕਰਨਾ ਉਹ ਕੰਮ ਹੈ, ਪੀਜ਼ੇ ਦਾ ਕੰਮ ਹੈ, ਕੁਕਿੰਗ ਦਾ ਕੰਮ ਹੈ, ਲਾਗਰ ਅਰਬਾਈਟ ਹੈ ਅਤੇ ਟੈਕਸੀ ਚਲਾਉਂਦੇ ਨੇ ਜ਼ਿਆਦਾ ਦੋਸਤ। ਅਤੇ ਬਗੈਰ ਪੇਪਰਾਂ ਤੋਂ ਇੱਥੇ ਕੰਮ ਮਿਲ ਜਾਂਦਾ? ਇਹ ਮਿਲ ਜਾਂਦਾ, ਲੇਕਿਨ ਕਾਫੀ ਮੁਸ਼ਕਿਲਾਂ ਹੁੰਦੀਆਂ, ਲੇਕਿਨ ਮਿਲ ਜਾਂਦਾ, ਦੋਸਤ ਕਰਦੇ ਨੇ। ਕਿਉਂਕਿ ਇੱਧਰੋਂ ਉੱਧਰੋਂ ਜਿਹੜੇ ਲੋਕ ਆਉਂਦੇ ਨੇ, ਕਈਆਂ ਕੋਲ ਪੇਪਰ ਹੁੰਦੇ ਨੇ, ਕਈਆਂ ਕੋਲ ਨਹੀਂ ਹੁੰਦੇ। ਅਗਰ ਦੂਸਰੇ ਕੰਟਰੀ ਦੇ ਪੇਪਰ ਹੋਣ ਤਾਂ ਇੱਥੇ ਕੰਮ ਮਿਲ ਜਾਂਦਾ ਕਿ? ਜੀ ਜੀ ਬਿਲਕੁਲ ਮਿਲ ਜਾਂਦਾ, ਅਗਰ ਯੂਰਪ ਦੇ ਕਿਸੇ ਵੀ ਕੰਟਰੀ ਦੇ ਪੇਪਰ ਹੋਣ ਤਾਂ ਕੰਮ ਮਿਲ ਜਾਂਦਾ, ਟੈਕਸ ਪੇ ਕਰੋ ਤੇ ਆਪਣਾ ਪੇਪਰ ਭਰਾਓ ਤੇ ਕੰਮ ਕਰੋ। ਤੇ ਕੀ ਸੈਲਰੀ ਕੀ ਦਿੰਦੇ ਨੇ ਇੱਥੇ? ਤਾਂ ਇਹ ਉਹ ਸੈਲਰੀ ਇੰਜ ਕਿ ਜਿਹੜਾ ਪੀਜ਼ਾ ਡਰਾਈਵਰ ਹੈ, ਪੀਜ਼ਾ ਡਰਾਈਵਰ ਦੀ 1500 ਤੋਂ 1700-1800 ਤੱਕ ਬਣ ਜਾਂਦੀ ਹੈ, ਅਤੇ ਜਿਹੜਾ ਪੀਜ਼ਾ ਕੁੱਕ ਹੈ ਉਹਦੀ 1500 ਲੈ ਕੇ 17-18-20-2000 ਡਿਪੈਂਡ ਕਰਦਾ ਕਿ ਉਹ ਕੈਸਾ ਕੁੱਕ ਹੈ। ਲੇਕਿਨ ਜਿਹੜਾ ਇੱਥੇ ਸਪੈਸ਼ਲ ਕੁੱਕ ਹੈ, ਇਟਾਲੀਅਨ ਕੁੱਕ ਹੈ, ਚਾਈਨੀਜ਼ ਕੁੱਕ ਹੈ, ਦੂਸਰੇ ਕੁੱਕ ਨੇ ਜਿਹੜੇ ਸਪੈਸ਼ਲ ਸਪੈਸ਼ਲ ਕੁੱਕ ਨੇ, ਉਹਨਾਂ ਦੀ 3000 ਸ਼ੁਰੂ ਹੁੰਦੀ, 3000, 3500, 3800, 4000, ਹੱਤਾ ਕਿ 4500-4500 ਵੀ ਦੋਸਤ ਲੈ ਰਹੇ ਨੇ। ਜਰਮਨੀ ਦੇ ਵਿੱਚ 1200 ਕੱਢੀ ਹੈ ਕਿ 1200-1500 ਆਮ ਬੰਦੇ ਸੈਲਰੀ ਹੈ, ਲੇਕਿਨ ਡਿਪੈਂਡ ਕਰਦਾ ਕਿ ਕਿਹੜੀ ਲਾਈਨ ਦੇ ਵਿੱਚ ਤੁਸੀਂ ਉਹ ਸੈਲਰੀ 2000 ਵੀ 4 ਵੀ ਹੈ। ਆਈਆਈਟੀ ਦੇ ਬੰਦੇ ਇੱਥੇ ਆਏ ਨੇ, ਦੋਸਤ ਇੰਡੀਅਨ ਨੇ, ਕੁਛ ਦੋਸਤ ਨੇ ਮੇਰੇ, ਉਹ 5-5 ਹਜ਼ਾਰ ਵੀ ਲੈ ਰਹੇ ਨੇ ਆਈਆਈਟੀ ਵਿੱਚ, ਲੇਕਿਨ ਅਸੀਂ ਆਮ ਲੇਬਰ ਤਬਕੇ ਦੀ ਗੱਲ ਕਰ ਰਹੇ ਹਾਂ। ਲੇਬਰ ਤਬਕੇ ਦੀ 1200-1500 ਤੋਂ ਜ਼ਿਆਦਾ ਤਨਖਾਹ ਨਹੀਂ ਆਮ। ਤੇ ਜਿਹੜੇ ਇੱਥੇ ਜਿਹੜੇ ਆਮ ਯਾਨੀ ਕਿ ਹੁੰਦੇ ਨੇ, ਲਗਾ ਲਓ ਕਿ ਇੱਕ ਆਮ ਬੰਦਾ ਜਿਹੜਾ ਵਾ ਇੱਥੇ ਕੰਮ ਕਰਦਾ, ਉਹਨੂੰ ਕੀ ਮੁਸ਼ਕਲਾਂ ਨੇ ਇੱਥੇ ਕੀ ਕੰਮ ਮੁਸ਼ਕਲਾਂ? ਤੈਯਬ ਸਭ ਖਾਸ ਨਹੀਂ ਹੁੰਦੀਆਂ, ਹਾਂ ਤੁਹਾਨੂੰ ਜ਼ਬਾਨ ਆਉਣੀ ਚਾਹੀਦੀ ਹੈ, ਤੁਹਾਡੇ ਕੋਲ ਪੇਪਰ ਹੋਣ, ਅਤੇ ਬਹੁਤ ਜ਼ਬਰਦਸਤ ਕੰਮ ਮਿਲਦਾ, ਹਰ ਜਗ੍ਹਾ ਕੰਮ ਮਿਲਦਾ ਹੈ, ਔਰ ਬਹੁਤ ਜ਼ਿਆਦਾ ਦੋਸਤ ਫੈਕਟਰੀਆਂ 'ਚ ਕੰਮ ਕਰ ਰਹੇ ਨੇ, ਇੱਥੇ ਫੈਕਟਰੀਆਂ 'ਚ ਵੀ ਕੰਮ ਮਿਲ ਜਾਂਦੇ ਨੇ, ਔਰ ਸੈਲਰੀ ਉਹੀ ਤੁਹਾਨੂੰ ਦੁਬਾਰਾ ਕਹਾਂਗਾ, 1200-1500, ਹੱਦ 1700-1800 ਬਸ, ਲੇਕਿਨ ਤੁਹਾਡੇ ਕੋਲ ਅਗਰ ਜ਼ਬਾਨ ਹੈ ਔਰ ਪੇਪਰ ਨੇ, ਤੁਹਾਨੂੰ ਕੰਮ ਮਿਲ ਜਾਂਦਾ ਔਰ ਬੜੀ ਈਜ਼ੀ ਮਿਲ ਜਾਂਦਾ ਜੋ ਵੀ। ਬਲਕਿ ਜਰਮਨ ਹਕੂਮਤ ਚਾਹੁੰਦੀ ਕਿ ਤੁਸੀਂ ਕੰਮ ਕਰੋ, ਅਗਰ ਉਹਨਾਂ ਕੋਲ ਹੈਲਪ ਲੈ ਖਾਣੀ ਹੈ, ਉਹ ਜ਼ਿਆਦਾ ਬਿਹਤਰ ਸਮਝਦੇ ਤੁਸੀਂ ਕੰਮ ਕਰੋ, ਜ਼ਿਆਦਾ ਪ੍ਰਾਇਓਰਟੀ ਉਸ ਚੀਜ਼ ਨੂੰ ਦਿੰਦੇ ਨੇ। ਤੇ ਅਗਰ ਅਨਲੀਗਲ ਲੋਕ ਜਿਹੜੇ ਇੱਥੇ ਆਉਂਦੇ ਨੇ ਜੀ ਜੀ ਬਗੈਰ ਪੇਪਰਾਂ ਤੋਂ ਜਿਹੜੇ ਹੁੰਦੇ ਨੇ ਇਲੀਗਲ ਲੋਕ, ਹਾਂਜੀ, ਤੇ ਉਹ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਉਹ ਇੱਥੇ ਘੁੰਮ ਫਿਰ ਸਕਦੇ ਨੇ ਜਾਂ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਤੇ ਫਿਰ ਉਹਨਾਂ ਨੂੰ? ਉਹ ਨਾਰਮਲ ਅਗਰ ਚੋਰੀ ਘੁੰਮ ਫਿਰ ਲੈਣ ਤਾਂ ਖੈਰ ਹੈ, ਲੇਕਿਨ ਅਗਰ ਪੁਲਿਸ ਪਕੜ ਹੋਏ, ਪੁਲਿਸ ਕੈਂਪ 'ਚ ਲੈ ਜਾਂਦੀ ਹੈ, ਕੈਂਪ ਤਾਂ ਨਹੀਂ ਕਹਿ ਰਹੇ, ਪੁਲਿਸ ਪਹਿਲੇ ਆਪਣੇ ਪੁਲਿਸ ਸਟੇਸ਼ਨ ਲੈ ਜਾਂਦੀ ਹੈ, ਉਸ ਜਾ ਕੇ ਉਹਨਾਂ ਫਿੰਗਰ ਹੁੰਦੇ ਨੇ, ਫਿੰਗਰਾਂ ਤੋਂ ਬਾਅਦ ਉਹਨਾਂ ਇੱਕ ਆਰ ਦੀ ਪੇਪਰ ਬਣਦਾ ਹੈ, ਇੱਕ ਕਾਰਡ ਬਣਦਾ ਹੈ, ਪੇਪਰ ਕਹਿ ਲਓ ਜਾਂ ਕਾਰਡ ਕਹਿ ਲਓ, ਪੇਪਰ ਤਿਆਰ ਹੁੰਦਾ ਹੈ, ਉਹ ਹੁੰਦਾ ਹੈ, ਅਤੇ ਉਸ ਤੋਂ ਬਾਅਦ ਉਹ ਕੈਂਪ 'ਚ ਭੇਜ ਦਿੰਦੇ ਨੇ, ਕੈਂਪ 'ਚ ਵੀ ਜਾ ਕੇ ਉਹਨਾਂ ਦਾ ਇੱਕ ਅਸਾਈਲਮ ਸ਼ੁਰੂ ਹੋ ਜਾਂਦਾ ਹੈ। ਅੱਛਾ, ਉਹ ਅਸਾਈਲਮ ਫਿਰ ਉਹ ਬੜਾ ਲੰਮਾ ਪ੍ਰੋਸੀਜਰ ਹੈ, ਉਹ ਤੁਹਾਨੂੰ ਮੈਂ ਫਿਰ ਦੱਸਾਂਗਾ ਇਨਸ਼ਾਅੱਲਾ ਤਾਲਾ। ਉਹ ਪਹਿਲੇ 3 ਮਹੀਨਾ ਮਿਲਦਾ, ਫਿਰ 6 ਮਹੀਨਾ, ਫਿਰ 6-6 ਮਹੀਨਾ ਗੁੰਮ ਮਿਲਣਾ ਸ਼ੁਰੂ ਹੁੰਦਾ ਹੈ, ਫਿਰ ਕੇਸ ਖਰਾਬ ਹੋਈ ਜਾਵੇ ਤਾਂ ਉਹ ਫਿਰ ਛੋਟਾ ਹੋ ਜਾਂਦਾ, ਫਿਰ 3-3 ਮਹੀਨਾ ਹੋ ਜਾਂਦਾ, ਅਗਰ ਕੇਸ ਜ਼ਿਆਦਾ ਖਰਾਬ ਹੋਈਏ
ਸਭ ਨੇ ਰਿਪੋਰਟ ਕਰਨਾ ਹੋਇਆ ਤੇ ਉਸ ਮਹੀਨੇ ਮਹੀਨੇ ਦਾ ਵੀ ਹੁੰਦਾ 15-15 ਦਿਨ ਦਾ ਵੀ ਹੁੰਦਾ ਹੈ ਤੇ ਇਹ ਡਿਪੈਂਡ ਕਰਦਾ ਕਿ ਤੁਹਾਡੀ ਕੇਸ ਦੀ ਸਿਚੁਏਸ਼ਨ ਕੀ ਹੈ ਕੇਸ ਕਿੰਨਾ ਸਟਰੋਂਗ ਹੈ ਤੁਸੀਂ ਸਿਆਸੀ ਕੀਤਾ ਹੈ ਮਜ਼ਹਬੀ ਕੀਤਾ ਹੈ ਤੁਸੀਂ ਕੋਈ ਜ਼ਾਤੀ ਪਰਸਨਲ ਤੁਹਾਡੇ ਕੇਸ ਉਹ ਕੀਤਾ ਹੈ ਔਰ ਕੇਸ ਤੁਹਾਡਾ ਕਿੰਨਾ ਸਟਰੋਂਗ ਹੈ ਕੈਸਾ ਚੱਲਦਾ ਕੇਸ ਉਹ ਡਿਪੈਂਡ ਕਰਦਾ ਕਿ ਤੁਹਾਡੀ ਕੇਸ ਕਿਹੜੀ ਬੇਸ 'ਤੇ ਵੀ ਉਸ ਬੇਸ 'ਤੇ ਕੇਸ ਚੱਲਦਾ ਉਸ ਬੇਸ ਤੁਹਾਨੂੰ ਵੀਜ਼ਾ ਮਿਲਦਾ ਹੈ ਇਹਨਾਂ ਦੀ ਇੱਕ ਕੈਟਾਗਰੀ ਨਹੀਂ ਹੈ ਜਰਮਨੀ ਦੇ ਵਿੱਚ ਕਿ ਹਰ ਬੰਦਾ ਆਏਗਾ ਉਹਨੂੰ 6 ਮਹੀਨੇ ਦਾ ਪੇਪਰ ਜਾਣਗੇ ਨਹੀਂ ਪੇਪਰ ਤਿਆਰ ਸੀ ਉਹਨਾਂ ਲੇਕਿਨ ਹਰ ਬੰਦੇ ਨੂੰ 6 ਮਹੀਨੇ ਦੇ ਪੇਪਰ ਨਹੀਂ ਮਿਲਦੇ ਉਹ ਡਿਪੈਂਡ ਕਰਦਾ ਕਿ ਕਿਹੜੀ ਬੇਸ 'ਤੇ ਵੀ ਸਿਆਸੀ ਬੇਸ ਹੈ ਸਿਆਸੀ ਬੇਸ ਸਟਰੋਂਗ ਹੈ ਤਾਂ ਜ਼ਰੂਰ ਮਿਲ ਜਾਏਗਾ ਮਿਲੇਗਾ ਤੇ ਜਦੋਂ ਤੁਹਾਡਾ ਕੇਸ ਚੱਲਦਾ ਤੇ ਉਹਦੇ ਵਿੱਚ ਕੀ ਫੈਸਿਲਿਟੀਜ਼ ਦਿੰਦੇ ਨੇ ਕੋਈ ਰਹਾਇਸ਼ ਦੇ ਨਾਲ ਜਿਸ ਤਰ੍ਹਾਂ ਮੈਡੀਕਲ ਜਾਂ ਸੁਣਿਆ ਮੈਡੀਕਲ ਤੈਬ ਸਾਹਿਬ ਜਰਮਨੀ ਦੇ ਵਿੱਚ ਇਨ ਹੋਣ ਤੋਂ ਲੈ ਕੇ ਆਊਟ ਹੋਣ ਤੱਕ ਟੋਟਲ ਪੂਰੀ ਜ਼ਿੰਦਗੀ ਫ੍ਰੀ ਹੈ ਮੈਡੀਕਲ ਚਾਹੇ ਤੁਸੀਂ ਕੰਮ ਕਰੋ ਤਾਂ ਵੀ ਵਿੱਚ ਟੈਕਸ ਪੇ ਹੋ ਕੇ ਹੋ ਰਿਹਾ ਹੁੰਦਾ ਅਗਰ ਤੁਸੀਂ ਇਹਨਾਂ ਦੇ ਕੋਲੋਂ ਲੈ ਕੇ ਹੈਲਪ ਖਾ ਰਹੇ ਹੋ ਤੇ ਤਾਂ ਵੀ ਤੁਹਾਡਾ ਮੈਡੀਕਲ ਫ੍ਰੀ ਹੁੰਦਾ ਹੈ ਆ ਗਏ ਕਿੰਨੇ ਪੈਸੇ ਮਿਲਦੇ ਨੇ ਤੁਹਾਡਾ ਮੈਂ ਸਵਾਲ ਇਹ ਵੇ ਤੇ ਤਕਰੀਬਨ 300 ਕਿਸੇ ਇਲਾਕੇ ਵਿੱਚ ਇੱਥੇ ਅੱਛਾ ਮੁਖਤਲਿਫ ਇਲਾਕਿਆਂ ਵਿੱਚ ਮੁਖਤਲਿਫ ਪੈਸੇ ਮਿਲਦੇ ਨੇ ਜਿਹਨੂੰ ਸੋਸ਼ਲ ਸਿਸਟਮ ਕਹਿੰਦੇ ਨੇ ਕਈਆਂ ਇਲਾਕੇ 320 ਹੈ ਕਈਆਂ 340 ਹੈ ਕਈਆਂ 350 ਹੈ 70 ਹੈ ਮੇਰੇ ਇੱਕ ਦੋਸਤ ਨੂੰ 390 ਯੂਰੋ ਵੀ ਇੱਕ ਬੰਦੇ ਨੂੰ ਮਿਲ ਰਹੇ ਨੇ ਔਰ ਮੈਡੀਕਲ ਨਾਲ ਫ੍ਰੀ ਵੱਖਰਾ ਹੈ ਮੈਡੀਕਲ ਫ੍ਰੀ ਹੈ ਰਹਾਇਸ਼ ਫ੍ਰੀ ਹੈ ਰਹਾਇਸ਼ ਫ੍ਰੀ ਹੈ ਮੈਡੀਕਲ ਫ੍ਰੀ ਹੋ ਤੁਹਾਡਾ ਖਾਣ ਪੀਣ ਦਾ ਜਿਹੜਾ 300 ਯਾਨੀ 350 ਦੀ ਐਵਰੇਜ ਹੈ ਉਹਨਾਂ ਨੇ ਸਿਰਫ ਤੁਹਾਨੂੰ ਖਾਣ ਦੇ ਪੈਸੇ ਬਸ ਖਾਣ ਪੀਣ ਦੇ ਹਾਂਜੀ ਬਹੁਤ ਜ਼ਬਰਦਸਤ ਹੈ ਜੀ ਇੱਕ ਹੋਰ ਕਿ ਜਦੋਂ ਤੁਸੀਂ ਹੁੰਦੇ ਹੋ ਪ੍ਰੋਸੈਸ ਦੇ ਵਿੱਚ ਚੱਲ ਰਿਹਾ ਹੁੰਦਾ ਤੁਹਾਡਾ ਕੇਸ ਹੁੰਦਾ ਤੇ ਉਦੋਂ ਸਕੂਲ ਵਗੈਰਾ ਕੋਈ ਦਿੰਦੇ ਨੇ ਇੱਥੇ ਬਿਲਕੁਲ ਯਾਨੀ ਕਿ ਲੈਂਗੁਏਜ ਵਗੈਰਾ ਸਿੱਖਣ ਵਾਸਤੇ ਕੋਈ ਬਿਲਕੁਲ ਸਕੂਲ ਦਿੰਦੇ ਨੇ ਜਦੋਂ ਤੁਹਾਡਾ ਪੇਪਰ ਨਹੀਂ ਹੁੰਦੇ ਲੇਕਿਨ ਉਦੋਂ ਨਾਰਮਲ ਸਕੂਲ ਹੁੰਦਾ ਹਲਕਾ ਸਕੂਲ ਹੁੰਦਾ ਕਿ ਜਿਹੜਾ ਤੁਸੀਂ ਅਸਾਈਲਮ ਜਦੋਂ ਕੀਤਾ ਹੁੰਦਾ ਤੁਹਾਡਾ ਕੇਸ ਚੱਲ ਰਿਹਾ ਪ੍ਰੋਸੀਜਰ ਦੇ ਵਿੱਚ ਤੇ ਸੋਰੀ ਤੇ ਉਹ ਤੁਹਾਨੂੰ ਫਿਰ ਸਕੂਲ ਦਿੰਦੇ ਨੇ ਹਲਕੀ ਫੁਲਕੀ ਜ਼ਬਾਨ ਸਿੱਖੋ ਆਪਣਾ ਕੰਮ ਕਰੋ ਜੋ ਵੀ ਉਹ ਤੇ ਬਲਕਿ ਇੱਕ ਜਰਮਨ ਘੁੰਮਣਾ ਚਾਹੁੰਦੇ ਕਿ ਅਸੀਂ ਪੱਕੇ ਨਹੀਂ ਵੀ ਹੈ ਤੁਸੀਂ ਅਸਾਈਲਮ ਤੇ ਵੀ ਹੋ ਤੁਸੀਂ ਕੰਮ ਕਰੋ ਤੇ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੈ ਔਰ ਜ਼ਿਆਦਾ ਉਹ ਖੁਸ਼ ਹੁੰਦੇ ਨੇ ਔਰ ਤੁਹਾਨੂੰ ਜ਼ਿਆਦਾ ਪ੍ਰੋਪਰਟੀ ਦਿੰਦੇ ਨੇ ਕਿ ਤੁਸੀਂ ਯਾਰ ਕੰਮ ਕਰਕੇ ਉਹਨਾਂ ਨੂੰ ਟੈਕਸ ਪੇ ਕਰ ਰਹੇ ਹੋ ਇੱਕ ਹੋਰ ਚੀਜ਼ ਤੁਹਾਡੇ ਕੋਲ ਪੁੱਛ ਰਹੀ ਸੀ ਕਿ ਪੇਪਰ ਅਗਰ ਨਹੀਂ ਕਿਸੇ ਕੋਲ ਕਿਸੇ ਦੋਸਤ ਦੇ ਕੋਲ ਤੇ ਉਹਨੂੰ ਰਿਪੋਰਟ ਕਰਦੇ ਨੇ ਜਾਂ ਰਿਪੋਰਟ ਕਰਨਗੇ ਯਾਰ ਪੇਪਰਾਂ ਤੋਂ ਜਾਂ ਉਹਦਾ ਅਸਾਈਲਮ ਕਰਵਾਉਣਗੇ ਜਾਂ ਕੀ ਨਹੀਂ ਉਹਦਾ ਉਹ ਦੁਬਾਰਾ ਪਹਿਲੇ ਸਵਾਲ ਦੇ ਨਾਲ ਹੀ ਇਹਨੂੰ ਮੈਂ ਕਰਾਂਗਾ ਡਿਪੈਂਡ ਕਰਦਾ ਕਿ ਤੁਹਾਡੇ ਕੋਲ ਪੇਪਰ ਹੈ ਨੇ ਲੇਕਿਨ ਕਮਜ਼ੋਰ ਪੇਪਰ ਨੇ ਤੁਹਾਡਾ ਕੇਸ ਬਹੁਤ ਕਮਜ਼ੋਰ ਹੈ ਕੇਸ ਦੀ ਕੁਝ ਵਿੱਚ ਕੋਈ ਜਾਨ ਹੀ ਨਹੀਂ ਹੈ ਯਾਨੀ ਮੇਰੇ ਕਹਿਣ ਦਾ ਮਤਲਬ ਇਹ ਵੀ ਕਿ ਡਿਪੋਰਟ ਕਿੰਨਾ ਰੋਕਾਂ ਡਿਪੋਰਟ ਕਰਦੇ ਨੇ ਬਿਲਕੁਲ ਕਰਦੇ ਨੇ ਔਰ ਪਿੱਛੇ ਨੇ ਕਾਫੀ ਦੋਸਤਾਂ ਨੂੰ ਕੀਤਾ ਹੈ ਅੱਛਾ ਕਾਫੀ ਦੋਸਤ ਵਾਪਸ ਗਏ ਨੇ ਉਹ ਚ ਮੇਰੇ ਇੱਕ ਦੋਸਤ ਦਾ ਭਾਈ ਵੀ ਗਿਆ ਇੱਕ ਦੋਸਤ ਮੇਰਾ ਗਿਆ ਹੈ ਡਿਪੋਰਟ ਕਰਦੇ ਨੇ ਲੋਕਾਂ ਨੂੰ ਔਰ ਕਿੰਨਾ ਨੂੰ ਕਰਦੇ ਨੇ ਉਹ ਯਾਨੀ ਕੀ ਕੈਟਾਗਰੀ ਉਹਨਾਂ ਦੇ ਕੇਸ ਦੀ ਹੁੰਦੀ ਜਿਹਨਾਂ ਨੂੰ ਆਬਸ਼ਿਪਿੰਗ ਹੋ ਜਾਂਦੀ ਲਾਸਟ ਇੱਕ ਵੀਜ਼ਾ ਦਿੰਦੇ ਨੇ ਉਹਦਾ ਨਾਮ ਰੱਖਿਆ ਇਹਨਾਂ ਨੇ ਆਬਸ਼ਿਪਿੰਗ ਉਹ ਜਦੋਂ ਮਿਲ ਜਾਂਦੀ ਬੰਦੇ ਨੂੰ ਸਮਝੋ ਕਿ ਉਹ ਡੇਂਜਰ ਜ਼ੋਨ ਚ ਆ ਜਾਂਦਾ ਔਰ ਉਸ ਤੋਂ ਬਾਅਦ ਉਹਨੂੰ ਕਿਸੇ ਵੀ ਟਾਈਮ ਰਿਪੋਰਟ ਕਰ ਸਕਦੇ ਨੇ ਜੀ ਤੁਸੀਂ ਇਹ ਸਾਨੂੰ ਦੱਸੋ ਕਿਹਨੇ ਐਸੇ ਕੰਮ ਨੇ ਜਿਹੜਾ ਆਮ ਇਨਸਾਨ ਯਾਨੀ ਕਿ ਇੱਕ ਪਾਕਿਸਤਾਨ ਤੋਂ ਜਿਹੜੇ ਲੋਕ ਵਿਚਾਰੇ ਆਉਂਦੇ ਨੇ ਸਾਡੇ ਦੋਸਤ ਆਉਂਦੇ ਨੇ ਕਈ ਉਹ ਕਿਹੜੇ ਐਸੇ ਕੰਮ ਨੇ ਇੱਥੇ ਜਿਹੜੇ ਆਮ ਉਹਨਾਂ ਨੂੰ ਮਿਲ ਸਕਦੇ ਨੇ ਯਾਨੀ ਕਿ ਇੱਥੇ ਆਉਂਦੇ ਹੀ ਬਗੈਰ ਪੇਪਰਾਂ ਤੋਂ ਗੱਲ ਕਰ ਰਹੇ ਹੋ ਜਦੋਂ ਅਸਾਈਲਮ ਵਗੈਰਾ ਜਦੋਂ ਆਉਂਦੇ ਨੇ ਅਸਾਈਲਮ ਦੇ ਨਾਲ ਜਦੋਂ ਪੇਪਰਾਂ ਪੀਜ਼ਾ ਦਾ ਕੰਮ ਬਹੁਤ ਜ਼ਿਆਦਾ ਮਿਲ ਜਾਂਦਾ ਹੈ ਪੀਜ਼ਾ ਕੁੱਕ ਦਾ ਕੰਮ ਬਹੁਤ ਆਮ ਮਿਲਦਾ ਹੈ ਅਗਰ ਤੁਹਾਡੇ ਕੋਲ ਲਾਇਸੈਂਸ ਹੈ ਡਰਾਈਵਰ ਦਾ ਕੰਮ ਮਿਲ ਜਾਂਦਾ ਹੈ ਤੁਹਾਨੂੰ ਲਾਗਰ ਆਰਬਿਟ ਮਿਲਦਾ ਹੈ ਜਿਹੜਾ ਕਿ ਗੋਦਾਮਾਂ 'ਚ ਕੰਮ ਕਰੀਦਾ ਜਿਵੇਂ ਪਾਕਿਸਤਾਨ ਗੋਦਾਮ ਹੁੰਦੇ ਨੇ ਇੱਥੇ ਵੀ ਵੱਡੇ ਵੱਡੇ ਗੋਦਾਮ ਹੁੰਦੇ ਨੇ ਉਹਨਾਂ 'ਚ ਕੰਮ ਮਿਲ ਜਾਂਦਾ ਹੈ ਮਜ਼ਦੂਰੀ ਮਿਲਦੀ ਜ਼ਿਆਦਾਤਰ ਮਜ਼ਦੂਰ ਤਬਕਾ ਹੀ ਮਿਲਣਾ ਹੈ ਮਜ਼ਦੂਰ ਹੁਣ ਕਈ ਇੱਥੇ ਆਪਣਾ ਦੇਖਣ ਦੇ ਵਿੱਚ ਆਇਆ ਵਾ ਕਿ ਇੰਡੀਅਨ ਆਪਣੇ ਜਿਹੜੇ ਦੋਸਤ ਨੇ ਉਹ ਕਈਆਂ ਨੇ ਕੇਸ ਨਹੀਂ ਕਰਵਾਏ ਹੁੰਦੇ ਕਈ ਪਾਕਿਸਤਾਨੀ ਹੁੰਦੇ ਨੇ ਇੱਥੇ ਆਉਂਦੇ ਨੇ ਲੇਕਿਨ ਉਹਨਾਂ ਕੋਲ ਪੇਪਰ ਵੀ ਨਹੀਂ ਹੁੰਦੇ ਤੇ ਉਹ ਵੈਸੇ ਹੀ ਰਹਿ ਰਹੇ ਹੁੰਦੇ ਨੇ ਤੇ ਆਇਆ ਉਹਨਾਂ ਨੂੰ ਕੰਮ ਸ਼ਾਮ ਮਿਲ ਸਕਦਾ ਬਿਲਕੁਲ ਦੇਖੋ ਉਹਨਾਂ ਦੇ ਕੰਮ ਦੇ ਵਿੱਚ ਕੀ ਫਰਕ ਹੈ ਜਿਹੜੇ ਪੇਪਰਾਂ ਤਨਖਾਹ ਦਾ ਕਹਿ ਰਹੇ ਸੀ ਬਿਲਕੁਲ ਜਿਹੜੇ ਦੋਸਤਾਂ ਦਾ ਪੇਪਰ ਨਹੀਂ ਹੁੰਦੇ ਜਾਂ ਉਹਨਾਂ ਦਾ ਕੇਸ ਨਹੀਂ ਕਰਾਇਆ ਕੰਮ ਉਹਨਾਂ ਨੂੰ ਵੀ ਲੱਭ ਜਾਂਦਾ ਹੈ ਲੇਕਿਨ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਦਿੰਦੇ ਮਕੇ 2000 ਦਾ ਕੰਮ ਹੈ ਤਾਂ ਉਹਨੂੰ 1200 ਮਿਲੇਗਾ 1500 ਦਾ ਕੰਮ ਹੈ ਤਾਂ ਉਹਨੂੰ 800 ਮਿਲੇਗਾ ਉਹਨਾਂ ਨੂੰ ਤਕਰੀਬਨ ਅੱਧੇ ਤੋਂ ਥੋੜ੍ਹੇ ਜ਼ਿਆਦਾ ਨੇ ਬਲਕਿ ਅੱਧੇ ਜਾਂ ਅੱਧੇ ਤੋਂ ਕਰੀਬ ਪੈਸੇ ਮਿਲਦੇ ਨੇ ਬਲਕਿ ਇਹਦੇ ਵਿੱਚ ਮਾਲਕ ਨੂੰ ਬੜਾ ਫਾਇਦਾ ਹੁੰਦਾ ਹੈ ਲੇਕਿਨ ਅਗਰ ਪਕੜੇ ਜਾਣ ਤਾਂ ਬੜਾ ਹੈਵੀ ਜੁਰਮਾਨਾ ਉਹਨਾਂ ਨੂੰ 10,000 to 30,000 ਤੱਕ ਜੁਰਮਾਨਾ ਉਹਨਾਂ ਨੂੰ ਅਗਰ ਉਹ ਪਕੜੇ ਜਾਣ ਤੇ ਮਾਲਕ ਨੂੰ ਵੀ ਜੁਰਮਾਨਾ ਤੇ ਜਿਹੜਾ ਕਰ ਰਿਹਾ ਵਰਕਰ ਉਹਨੂੰ ਵੀ ਜੁਰਮਾਨਾ ਮਿਲ ਜਾਂਦਾ ਲੇਕਿਨ ਕਹਿ ਲਓ ਕਿ ਹਾਫ ਪੈਸਿਆਂ 'ਚ ਯਾਨੀ ਕਿ ਜਿਹੜੇ ਵੀ ਦੋਸਤ ਸਾਡੇ ਇੱਥੇ ਭਾਈ ਕੋਈ ਆਣ ਜਰਮਨ ਦੇ ਵਿੱਚ ਪਹਿਲੇ ਆ ਕੇ ਆਪਣਾ ਕੇਸ ਕਰਵਾਉਣ ਦੇਖੋ ਦੇਖੋ ਤੇ ਫਿਰ ਜਿਹੜਾ ਵਾ ਅੱਗੋ ਜਿਹੜਾ ਪ੍ਰੋਸੈਸ ਹੋਏਗਾ ਫਿਰ ਉਹਦੇ ਮੁਤਾਬਕ ਫਿਰ ਕੰਮ ਕਰਨ ਨਹੀਂ ਤੇ ਅਨਲੀਗਲ ਕੰਮ ਕਰਨ ਨਾਲ ਜਿਹੜਾ ਇੱਥੇ ਬਹੁਤ ਮੁਸ਼ਕਲ ਦੇਖੋ ਜੁਰਮਾਨਾ ਹੋਏਗਾ ਜੀ ਜੁਰਮਾਨਾ ਹੋਏਗਾ ਜੀ ਸਹੀ
ਤੇ ਇੱਥੇ ਜਿਹੜੇ ਇਹ ਯਾਨੀ ਇੱਕ ਨਾਰਮਲ ਇਨਸਾਨ ਹੈ ਜਿਸ ਤਰ੍ਹਾਂ ਮਤਲਬ ਫਰਜ਼ ਕਰੋ ਕਿ ਜਿਹੜਾ ਇੱਕ 1200 1300 ਸੈਲਰੀ ਲੈ ਰਿਹਾ ਉਹ ਕਿੰਨੀ ਕੁ ਸੇਵਿੰਗ ਕੋਈ ਕਰ ਲੈਂਦਾ ਹੈ ਕੋਈ ਯਾਰ ਤੁਸੀਂ ਆਪਣਾ ਦੱਸੋ ਕਿ ਤੁਹਾਨੂੰ ਤੇ ਕਾਫੀ ਅਰਸਾ ਹੋ ਗਿਆ ਇੱਥੇ ਅਗਰ ਤੁਸੀਂ ਫੈਮਿਲੀ ਦੇ ਨਾਲ ਹੋ ਤਾਂ ਤੁਹਾਡੀ ਸੇਵਿੰਗ ਬਹੁਤ ਘੱਟ ਹੈ ਕਿਉਂਕਿ ਖਰਚ ਵੀ ਉਸ ਹਿਸਾਬ ਨਾਲ ਹੈ ਇੱਕ ਬਣਿਆ ਹੈ ਕਿ ਬਸ ਜੋ ਵੀ ਹੈ ਤੇ ਅਗਰ ਤੁਸੀਂ ਇਕੱਲੇ ਹੋ ਤੇ ਸੇਵਿੰਗ ਅੱਛੀ ਕਰ ਸਕਦੇ ਹੋ ਅਗਰ ਤੁਸੀਂ ਇਕੱਲੇ ਹੋ 1500 ਯੂਰੋ ਕਮਾ ਰਹੇ ਹੋ ਤੇ ਵਿੱਚ 300-400-500 ਤੁਹਾਡਾ ਖਰਚ ਹੈ ਬਾਕੀ ਤੁਸੀਂ 800-1000 ਰੁਪਇਆ ਬਚਾ ਸਕਦੇ ਹੋ ਜਿਹੜਾ ਲੀਗਲ ਹੈ 800-1000 ਰੁਪਇਆ ਬਚਾ ਸਕਦੇ ਹੋ ਤੇ ਐਵਰੇਜ ਇਕੱਲੇ ਬੰਦੇ ਦੀ ਇਹ ਵੇ ਅਗਰ ਤੁਸੀਂ ਫੈਮਿਲੀ ਦੇ ਨਾਲ ਫਿਰ 200-300 ਬਾਈਸ ਪਲੇਸ ਤੋਂ ਜ਼ਿਆਦਾ ਨਹੀਂ ਹੋਰ ਕੋਈ ਸਵਾਲ ਤੁਹਾਡਾ ਹੋਰ ਇਹ ਕਿ ਕੈਂਪ ਜਿਹੜੀ ਰਿਹਾਇਸ਼ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਉਹਦੇ ਬਾਰੇ ਕੋਈ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਅਜ਼ੀਲ ਕੱਟੀ ਹੈ ਨਾ ਤੁਸੀਂ ਬਿਲਕੁਲ ਬਿਲਕੁਲ ਹਾਂਜੀ ਉਹ ਜੋ ਤਜਰਬਾ ਸਾਹਿਬ ਇਹ ਹੁੰਦਾ ਕਿ ਜਦੋਂ ਬੰਦਾ ਕੱਚੇ ਕੇ ਕੱਚਾ ਕੇਸ ਹੁੰਦਾ ਉਹ ਸਾਲ ਚੱਲੇ 2 ਸਾਲ ਚੱਲੇ 6 ਸਾਲ ਚੱਲੇ ਜਾਂ 1 ਮਹੀਨਾ ਚੱਲੇ ਉਹਦੇ ਵਿੱਚ ਇੱਕ ਕਮਰਾ ਮਿਲਦਾ ਉਹਦੇ ਵਿੱਚ ਕਈ ਵਾਰੀ ਦੋ 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 ਲੜਕੇ ਹੁੰਦੇ ਨੇ 3 ਹੁੰਦੇ ਨੇ 4 ਵੀ ਹੁੰਦੇ ਨੇ ਅੱਛਾ ਇਕੱਲਾ ਇਕੱਲਾ ਨਹੀਂ ਹੁੰਦਾ ਇਹ ਮੈਂ ਕਲੀਅਰ ਦੱਸ ਰਿਹਾ ਇਕੱਲਾ ਬੰਦਾ ਨਹੀਂ ਇਕੱਲੇ ਬੰਦੇ ਨੂੰ ਕਮਰਾ ਨਹੀਂ ਮਿਲਦਾ ਇੱਕ ਕਮਰੇ 4 ਵੀ ਹੁੰਦੇ ਨੇ 6 ਵੀ ਹੁੰਦੇ ਨੇ ਔਰ ਬਾਸ ਐਸੀਆਂ ਜਗ੍ਹਾ 'ਚ ਮੈਂ ਦੋਸਤਾਂ ਨੂੰ ਮਿਲਣ ਗਿਆ ਜਿੱਥੇ 8-8 ਬੰਦੇ ਵੀ ਇੱਕ ਕਮਰੇ 'ਚ ਆ ਰਹੇ ਕਮਰਾ ਵੱਡਾ ਜ਼ਰੂਰ ਹੈ ਲੇਕਿਨ ਪ੍ਰਾਈਵੇਸੀ ਨਹੀਂ ਹੁੰਦੀ ਉਹਨਾਂ 'ਚ ਨਹੀਂ ਨਹੀਂ ਪ੍ਰਾਈਵੇਸੀ ਨਹੀਂ